ਮੈਂ ਨਾ ਜੋਬ ਕਰਕੇ ਨਾ ਆਉਂਦੀ ਪਈ ਸੀ ਅਤੇ ਸੁੰਦਰ ਨਗਰੀ 11 ਨੰਬਰ 'ਚ ਆਉਂਦੇ ਵਕਤ ਦੋ ਮੁੰਡੇ ਸੀ ਐਕਟਿਵਾ ਅਤੇ ਵਾਈਟ ਉਹਨਾਂ ਦੀ ਐਕਟਿਵਾ ਸੀ, ਅਤੇ ਜਿਹੜੇ ਮੁੰਡੇ ਨੇ ਮੇਰਾ ਫੋਨ ਖੋਇਆ ਨਾ ਉਹਨੇ ਵਾਈਟ ਕਲਰ ਦੀ ਟੀ ਸ਼ਰਟ ਪਾਈ ਸੀ ਅਤੇ ਉਹਨਾਂ ਨੇ ਨਾ ਮੈਨੂੰ ਵਾਲਾਂ ਤੋਂ ਪਕੜ ਕੇ ਨਾ ਗਲੀ ਦੇ ਵਿੱਚ ਘਸੀਟ ਦਿੱਤਾ ਅਤੇ ਮੇਰਾ ਫੋਨ ਖੋ ਕੇ ਲੈ ਗਏ। ਪਤਾ ਨਹੀਂ ਮੈਂ ਵੇਖਿਆ ਪਿੱਛੋਂ ਆਏ ਸੀ, ਤੂੰ ਨਹੀਂ ਬੰਨਿਆ ਹੋਇਆ ਸੀ। ਮੈਂ ਜੋਬ ਤੋਂ ਆਉਂਦੀ ਸੀ। ਪ੍ਰਕਾਸ਼ ਕੰਨ ਮੇਰੀ ਹੈਗੀ ਹੈ, ਕੁੜੀ ਹੈ, ਪਤਾ ਨਹੀਂ ਮੈਂ ਤਾਂ ਆਪ ਕੰਮ ਕਰਦੀ ਹਾਂ, ਸਕੂਲ ਵਿੱਚ ਲੱਗੀ ਹੋਈ ਹਾਂ। ਅਸੀਂ ਧਰਮ ਨਗਰੀ ਗਲੀ ਨੰਬਰ 8 ਇਹਨਾਂ ਇਹ ਆਉਂਦੇ ਪੈਸੇ ਉੱਥੋਂ ਦੁਕਾਨ ਤੋਂ ਆਉਂਦੇ ਪੈਸੇ, ਰਸਤੇ ਵਿੱਚ ਉਹਨਾਂ ਨੇ ਮੋਬਾਈਲ ਇਹਦੇ ਲੱਗਿਆ ਹੋਇਆ ਸੀ, ਫੋਨ ਆ ਗਿਆ ਕਿਸੇ ਦਾ ਅਤੇ ਲੱਗਿਆ ਹੋਇਆ ਸੀ ਮੋਬਾਈਲ, ਅਤੇ ਉਹਨਾਂ ਨੇ ਵਾਲਾ ਤੂੰ ਘਸੀਟਿਆ ਇਹਨੂੰ, ਮੋਬਾਈਲ ਮਿਲ ਜਾਏ ਸਾਡਾ। ਮੈਂ ਨਾ ਜੋਬ ਕਰਕੇ ਨਾ ਆਉਂਦੀ ਪਈ ਸੀ ਅਤੇ ਸੁੰਦਰ ਨਗਰੀ 11 ਨੰਬਰ 'ਚ ਆਉਂਦੇ ਵਕਤ ਦੋ ਮੁੰਡੇ ਸੀ ਐਕਟਿਵਾ ਅਤੇ ਵਾਈਟ ਉਹਨਾਂ ਦੀ ਐਕਟਿਵਾ ਸੀ, ਅਤੇ ਜਿਹੜੇ ਮੁੰਡੇ ਨੇ ਮੇਰਾ ਫੋਨ ਖੋਇਆ ਨਾ ਉਹਨੇ ਵਾਈਟ ਕਲਰ ਦੀ ਟੀ ਸ਼ਰਟ ਪਾਈ ਸੀ ਅਤੇ ਉਹਨਾਂ ਨੇ ਨਾ ਮੈਨੂੰ ਵਾਲਾਂ ਤੋਂ ਪਕੜ ਕੇ ਨਾ ਗਲੀ ਦੇ ਵਿੱਚ ਘਸੀਟ ਦਿੱਤਾ ਅਤੇ ਮੇਰਾ ਫੋਨ ਖੋ ਕੇ ਲੈ ਗਏ। ਪਤਾ ਨਹੀਂ ਮੈਂ ਵੇਖਿਆ ਪਿੱਛੋਂ ਆਏ ਸੀ, ਤੂੰ ਨਹੀਂ ਬੰਨਿਆ ਹੋਇਆ ਸੀ। ਮੈਂ ਜੋਬ ਤੋਂ ਆਉਂਦੀ ਸੀ। ਪ੍ਰਕਾਸ਼ ਕੰਨ ਮੇਰੀ ਹੈਗੀ ਹੈ, ਕੁੜੀ ਹੈ, ਪਤਾ ਨਹੀਂ ਮੈਂ ਤਾਂ ਆਪ ਕੰਮ ਕਰਦੀ ਹਾਂ, ਸਕੂਲ ਵਿੱਚ ਲੱਗੀ ਹੋਈ ਹਾਂ। ਅਸੀਂ ਧਰਮ ਨਗਰੀ ਗਲੀ ਨੰਬਰ 8 ਇਹਨਾਂ ਇਹ ਆਉਂਦੇ ਪੈਸੇ ਉੱਥੋਂ ਦੁਕਾਨ ਤੋਂ ਆਉਂਦੇ ਪੈਸੇ, ਰਸਤੇ ਵਿੱਚ ਉਹਨਾਂ ਨੇ ਮੋਬਾਈਲ ਇਹਦੇ ਲੱਗਿਆ ਹੋਇਆ ਸੀ, ਫੋਨ ਆ ਗਿਆ ਕਿਸੇ ਦਾ ਅਤੇ ਲੱਗਿਆ ਹੋਇਆ ਸੀ ਮੋਬਾਈਲ, ਅਤੇ ਉਹਨਾਂ ਨੇ ਵਾਲਾ ਤੂੰ ਘਸੀਟਿਆ ਇਹਨੂੰ, ਮੋਬਾਈਲ ਮਿਲ ਜਾਏ ਸਾਡਾ। ਮੈਂ ਨਾ ਜੋਬ ਕਰਕੇ ਨਾ ਆਉਂਦੀ ਪਈ ਸੀ ਅਤੇ ਸੁੰਦਰ ਨਗਰੀ 11 ਨੰਬਰ 'ਚ ਆਉਂਦੇ ਵਕਤ ਦੋ ਮੁੰਡੇ ਸੀ ਐਕਟਿਵਾ ਅਤੇ ਵਾਈਟ ਉਹਨਾਂ ਦੀ ਐਕਟਿਵਾ ਸੀ, ਅਤੇ ਜਿਹੜੇ ਮੁੰਡੇ ਨੇ ਮੇਰਾ ਫੋਨ ਖੋਇਆ ਨਾ ਉਹਨੇ ਵਾਈਟ ਕਲਰ ਦੀ ਟੀ ਸ਼ਰਟ ਪਾਈ ਸੀ ਅਤੇ ਉਹਨਾਂ ਨੇ ਨਾ ਮੈਨੂੰ ਵਾਲਾਂ ਤੋਂ ਪਕੜ ਕੇ ਨਾ ਗਲੀ ਦੇ ਵਿੱਚ ਘਸੀਟ ਦਿੱਤਾ ਅਤੇ ਮੇਰਾ ਫੋਨ ਖੋ ਕੇ ਲੈ ਗਏ। ਪਤਾ ਨਹੀਂ ਮੈਂ ਵੇਖਿਆ ਪਿੱਛੋਂ ਆਏ ਸੀ, ਤੂੰ ਨਹੀਂ ਬੰਨਿਆ ਹੋਇਆ ਸੀ। ਮੈਂ ਜੋਬ ਤੋਂ ਆਉਂਦੀ ਸੀ। ਪ੍ਰਕਾਸ਼ ਕੰਨ ਮੇਰੀ ਹੈਗੀ ਹੈ, ਕੁੜੀ ਹੈ, ਪਤਾ ਨਹੀਂ ਮੈਂ ਤਾਂ ਆਪ ਕੰਮ ਕਰਦੀ ਹਾਂ, ਸਕੂਲ ਵਿੱਚ ਲੱਗੀ ਹੋਈ ਹਾਂ। ਅਸੀਂ ਧਰਮ ਨਗਰੀ ਗਲੀ ਨੰਬਰ 8 ਇਹਨਾਂ ਇਹ ਆਉਂਦੇ ਪੈਸੇ ਉੱਥੋਂ ਦੁਕਾਨ ਤੋਂ ਆਉਂਦੇ ਪੈਸੇ, ਰਸਤੇ ਵਿੱਚ ਉਹਨਾਂ ਨੇ ਮੋਬਾਈਲ ਇਹਦੇ ਲੱਗਿਆ ਹੋਇਆ ਸੀ, ਫੋਨ ਆ ਗਿਆ ਕਿਸੇ ਦਾ ਅਤੇ ਲੱਗਿਆ ਹੋਇਆ ਸੀ ਮੋਬਾਈਲ, ਅਤੇ ਉਹਨਾਂ ਨੇ ਵਾਲਾ ਤੂੰ ਘਸੀਟਿਆ ਇਹਨੂੰ, ਮੋਬਾਈਲ ਮਿਲ ਜਾਏ ਸਾਡਾ। ਮੈਂ ਨਾ ਜੋਬ ਕਰਕੇ ਨਾ ਆਉਂਦੀ ਪਈ ਸੀ ਅਤੇ ਸੁੰਦਰ ਨਗਰੀ 11 ਨੰਬਰ 'ਚ ਆਉਂਦੇ ਵਕਤ ਦੋ ਮੁੰਡੇ ਸੀ ਐਕਟਿਵਾ ਅਤੇ ਵਾਈਟ ਉਹਨਾਂ ਦੀ ਐਕਟਿਵਾ ਸੀ, ਅਤੇ ਜਿਹੜੇ ਮੁੰਡੇ ਨੇ ਮੇਰਾ ਫੋਨ ਖੋਇਆ ਨਾ ਉਹਨੇ ਵਾਈਟ ਕਲਰ ਦੀ ਟੀ ਸ਼ਰਟ ਪਾਈ ਸੀ ਅਤੇ ਉਹਨਾਂ ਨੇ ਨਾ ਮੈਨੂੰ ਵਾਲਾਂ ਤੋਂ ਪਕੜ ਕੇ ਨਾ ਗਲੀ ਦੇ ਵਿੱਚ ਘਸੀਟ ਦਿੱਤਾ ਅਤੇ ਮੇਰਾ ਫੋਨ ਖੋ ਕੇ ਲੈ ਗਏ। ਪਤਾ ਨਹੀਂ ਮੈਂ ਵੇਖਿਆ ਪਿੱਛੋਂ ਆਏ ਸੀ, ਤੂੰ ਨਹੀਂ ਬੰਨਿਆ ਹੋਇਆ ਸੀ। ਮੈਂ ਜੋਬ ਤੋਂ ਆਉਂਦੀ ਸੀ। ਪ੍ਰਕਾਸ਼ ਕੰਨ ਮੇਰੀ ਹੈਗੀ ਹੈ, ਕੁੜੀ ਹੈ, ਪਤਾ ਨਹੀਂ ਮੈਂ ਤਾਂ ਆਪ ਕੰਮ ਕਰਦੀ ਹਾਂ, ਸਕੂਲ ਵਿੱਚ ਲੱਗੀ ਹੋਈ ਹਾਂ। ਅਸੀਂ ਧਰਮ ਨਗਰੀ ਗਲੀ ਨੰਬਰ 8 ਇਹਨਾਂ ਇਹ ਆਉਂਦੇ ਪੈਸੇ ਉੱਥੋਂ ਦੁਕਾਨ ਤੋਂ ਆਉਂਦੇ ਪੈਸੇ, ਰਸਤੇ ਵਿੱਚ ਉਹਨਾਂ ਨੇ ਮੋਬਾਈਲ ਇਹਦੇ ਲੱਗਿਆ ਹੋਇਆ ਸੀ, ਫੋਨ ਆ ਗਿਆ ਕਿਸੇ ਦਾ ਅਤੇ ਲੱਗਿਆ ਹੋਇਆ ਸੀ ਮੋਬਾਈਲ, ਅਤੇ ਉਹਨਾਂ ਨੇ ਵਾਲਾ ਤੂੰ ਘਸੀਟਿਆ ਇਹਨੂੰ, ਮੋਬਾਈਲ ਮਿਲ ਜਾਏ ਸਾਡਾ।